प्यारे विद्यार्थियों, सत श्री अकाल। अज असी जमात दूजी के विद्यार्थियों के लिए सीखण प्रणामा आधारित अभ्यास पुस्तक तो कुछ बहुविकल्पी प्रश्न उत्तर हल करते हाँ। प्यारे विद्यार्थियों, आओ असी अपने पहले सवाल वाल चलते हाँ। डैश एक अणमियारी इकाई नहीं है। प्यारे विद्यार्थियों, हेठां दित्ते उत्तरां विचों असी दसना है कि कि अणमियारी इकाई नहीं है। आओ असी अपने उत्तर देखते हाँ। पहला उत्तर है गिट, दूजा उत्तर है कदम, तीजा उत्तर है उंगलियां, अते चौथा उत्तर है इंच। प्यारे विद्यार्थियों, सब तो पहला असी म्यारी अते अणम्यारी इकाइयां बारे गलबात करते हाँ। प्यारे विद्यार्थियों, म्यारी इकाइयां वो होंदियां हन जिन्हां नूं असी स्पष्ट तौर पर मिण सकते हाँ जां उन्हां दा माप कर सकते हाँ। अणम्यारी इकाइयां वो होंदियां हन जिन्हां नूं असी पूरी सही स्पष्ट मिणती नहीं कर सकते। आओ असी इन्हां उत्तरां दीआं कुछ उदाहरणां देखदे हाँ। प्यारे विद्यार्थियों, ਇਹ ਗਿੱਠ ਦੀ ਉਦਾਹਰਨ ਹੈ। ਸਾਨੂੰ ਪਤਾ ਹੈ ਕਿ ਅਸੀਂ ਗਿੱਠ ਨਾਲ ਠੀਕ ਤਰ੍ਹਾਂ ਨਾਲ ਮਿਲ ਨਹੀਂ ਸਕਦੇ ਕਿਉਂਕਿ ਹਰ ਇੱਕ ਵਿਅਕਤੀ ਦੇ ਹੱਥ ਵੱਡੇ ਅਤੇ ਛੋਟੇ ਹੁੰਦੇ ਹਨ, ਇਸ ਲਈ ਗਿੱਠ ਨਾਲ ਮਾਪ ਦਾ ਫਰਕ ਪੈ ਜਾਂਦਾ ਹੈ। ਦੂਜਾ ਉੱਤਰ ਹੈ ਕਦਮ। ਪਿਆਰੇ ਵਿਦਿਆਰਥੀਓ, ਹੱਥਾਂ ਵਾਂਗ ਪੈਰ ਵੀ ਸਾਡੇ ਵੱਡੇ ਛੋਟੇ ਹੁੰਦੇ ਹਨ, ਤਾਂ ਇਸ ਲਈ ਇਹ ਵੀ ਸਾਡੀ ਅਣਮਿਆਰੀ ਇਕਾਈ ਹੈ। ਪਿਆਰੇ ਵਿਦਿਆਰਥੀਓ, ਉਂਗਲਾਂ ਨਾਲ ਵੀ ਕਿਸੇ ਵਸਤੂ ਦਾ ਮਾਪ ਸਹੀ ਨਹੀਂ ਮਿਣਿਆ ਜਾ ਸਕਦਾ, ਇਹ ਵੀ ਇੱਕ ਅਣਮਿਆਰੀ ਇਕਾਈ ਹੈ। ਪਿਆਰੇ ਵਿਦਿਆਰਥੀਓ, ਚੌਥਾ ਉੱਤਰ ਹੈ ਇੰਚ। ਤੁਸੀਂ ਦੇਖ ਰਹੇ ਹੋ ਕਿ ਇੰਚਾਂ ਨਾਲ ਅਸੀਂ ਠੀਕ ਤਰ੍ਹਾਂ ਨਾਲ ਕਿਸੇ ਵੀ ਵਸਤੂ ਨੂੰ ਮਾਪ ਸਕਦੇ ਹਾਂ, ਤਾਂ ਇਹ ਇੱਕ ਮਿਆਰੀ ਇਕਾਈ ਹੈ, ਭਾਵ ਕਿ ਇਹ ਅਣਮਿਆਰੀ ਇਕਾਈ ਨਹੀਂ ਹੈ। ਇਸ ਲਈ ਅਸੀਂ ਸੱਸੇ ਉੱਤੇ ਠੀਕ ਦਾ ਨਿਸ਼ਾਨ ਲਗਾ ਦਿੰਦੇ ਹਾਂ। ਆਓ ਅਸੀਂ ਆਪਣਾ ਅਗਲਾ ਸਵਾਲ ਦੇਖਦੇ ਹਾਂ। ਤਰਬੂਜ ਦਾ ਪਾਰ ਹੇਠ ਦਿੱਤੀਆਂ ਤਸਵੀਰਾਂ ਵਿੱਚੋਂ ਕਿਸ ਦੀ ਮਦਦ ਨਾਲ ਤੋਲ ਸਕਦੇ ਹਾਂ? ਪਿਆਰੇ ਵਿਦਿਆਰਥੀਓ, ਪਹਿਲਾ ਉੱਤਰ ਹੈ ਇੱਕ ਬੀਕਰ ਹੈ, ਭਾਵ ਕਿ ਇੱਕ ਬਰਤਨ ਹੈ। ਦੂਜਾ ਉੱਤਰ ਸਕੇਲ ਹੈ। ਤੀਜਾ ਉੱਤਰ ਇੱਕ ਤੱਕੜੀ ਹੈ ਅਤੇ ਚੌਥਾ ਉੱਤਰ ਹੱਥ ਹੈ, ਭਾਵ ਕਿ ਗਿੱਠਾਂ ਹਨ। ਤਾਂ ਆਓ ਅਸੀਂ ਦੇਖਦੇ ਹਾਂ ਤਰਬੂਜ ਦਾ ਪਾਰ ਅਸੀਂ ਇਹਨਾਂ ਵਿੱਚੋਂ ਕਿਸ ਦੀ ਮਦਦ ਨਾਲ ਤੋਲ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਤੁਸੀਂ ਇੱਕ ਤਰਬੂਜ ਦੀ ਤਸਵੀਰ ਦੇਖ ਰਹੇ ਹੋ। ਤੁਸੀਂ ਅਕਸਰ ਹੀ ਬਾਜ਼ਾਰਾਂ ਵਿੱਚ ਸਬਜ਼ੀਆਂ ਫਲ ਤੋਲਦੇ ਦੇਖਿਆ ਹੈ, ਤਾਂ ਅਸੀਂ ਦੇਖਿਆ ਹੈ ਕਿ ਤਰਬੂਜ ਦਾ ਪਾਰ ਇੱਕ ਤੱਕੜੀ ਨਾਲ ਤੋਲਿਆ ਜਾਂਦਾ ਹੈ। ਤਾਂ ਇਸ ਲਈ ਅਸੀਂ ਆਪਣੇ ਸਹੀ ਉੱਤਰ ਪਾ ਕੇ ਈੜੀ ਉੱਤੇ ਠੀਕ ਦਾ ਨਿਸ਼ਾਨ ਲਗਾ ਦਿੰਦੇ ਹਾਂ। ਤੁਹਾਡੇ ਕੋਲ ਇੱਕ 6 ਸੈਂਟੀਮੀਟਰ ਲੰਮੀ ਸੋਟੀ ਹੈ, ਉਹ 2 ਸੈਂਟੀਮੀਟਰ ਟੁੱਟ ਜਾਂਦੀ ਹੈ। ਹੁਣ ਸੋਟੀ ਦੀ ਲੰਬਾਈ ਵਧੀ ਹੈ ਜਾਂ ਘਟੀ ਹੈ? ਆਓ ਅਸੀਂ ਇਸ ਦੇ ਉੱਤਰ ਦੇਖਦੇ ਹਾਂ। ਪਹਿਲਾ ਉੱਤਰ ਹੈ ਵਧ ਗਈ, ਦੂਜਾ ਉੱਤਰ ਹੈ ਘਟ ਗਈ, ਤੀਜਾ ਉੱਤਰ ਹੈ ਪਹਿਲਾਂ ਜਿੰਨੀ, ਅਤੇ ਚੌਥਾ ਉੱਤਰ ਹੈ ਇਹਨਾਂ ਵਿੱਚੋਂ ਕੋਈ ਨਹੀਂ। ਪਿਆਰੇ ਵਿਦਿਆਰਥੀਓ, ਆਓ ਅਸੀਂ ਇਹ ਸਵਾਲ ਹੱਲ ਕਰਦੇ ਹਾਂ। ਤਸਵੀਰ ਦੇ ਵਿੱਚ ਅਸੀਂ ਇੱਕ 6 ਸੈਂਟੀਮੀਟਰ ਲੰਮੀ ਸੋਟੀ ਦੇਖ ਰਹੇ ਹਾਂ। ਪਿਆਰੇ ਵਿਦਿਆਰਥੀਓ, ਇਹ ਸੋਟੀ 2 ਸੈਂਟੀਮੀਟਰ ਟੁੱਟ ਗਈ, ਤਾਂ ਤੁਸੀਂ ਦੇਖਿਆ ਕਿ ਟੁੱਟਣ ਤੋਂ ਬਾਅਦ ਸੋਟੀ 4 ਸੈਂਟੀਮੀਟਰ ਦੀ ਰਹਿ ਗਈ। ਤਾਂ ਇਸ ਤੋਂ ਭਾਵ ਇਹ ਹੋਇਆ ਕਿ ਸੋਟੀ ਦੀ ਲੰਬਾਈ ਘਟ ਗਈ ਹੈ। ਤਾਂ ਇਸ ਦੇ ਲਈ ਅਸੀਂ ਭਾਵ ਆੜੇ ਉੱਤੇ ਠੀਕ ਦਾ ਨਿਸ਼ਾਨ ਲਗਾ ਦਿੰਦੇ ਹਾਂ। ਹੇਠ ਦਿੱਤੀਆਂ ਵਸਤਾਂ ਵਿੱਚੋਂ ਹਲਕੀ ਵਸਤੂ ਦੱਸੋ। ਪਹਿਲਾ ਉੱਤਰ ਹੈ ਗੇਂਦ, ਦੂਜਾ ਉੱਤਰ ਹੈ ਇੱਟ, ਤੀਜਾ ਉੱਤਰ ਹੈ ਕ੍ਰਿਕਟ ਦਾ ਬੈਟ ਅਤੇ ਚੌਥਾ ਉੱਤਰ ਹੈ ਇੱਕ ਖੰਭ। ਪਿਆਰੇ ਵਿਦਿਆਰਥੀਓ, ਸਾਨੂੰ ਪਤਾ ਹੈ ਕਿ ਇਹਨਾਂ ਸਭ ਦੇ ਵਿੱਚੋਂ ਸਭ ਤੋਂ ਹਲਕੀ ਵਸਤੂ ਇੱਕ ਖੰਭ ਹੀ ਹੈ ਅਤੇ ਇਸ ਉੱਤੇ ਅਸੀਂ ਠੀਕ ਦਾ ਨਿਸ਼ਾਨ ਲਗਾ ਦਿੰਦੇ ਹਾਂ। ਪਿਆਰੇ ਵਿਦਿਆਰਥੀਓ, ਉਮੀਦ ਹੈ ਕਿ ਤੁਸੀਂ ਸਾਰੇ ਸਵਾਲ ਠੀਕ ਤਰ੍ਹਾਂ ਨਾਲ ਸਮਝ ਲਏ ਹਨ। ਤੁਸੀਂ ਉਹ ਸਾਰੇ ਸਵਾਲ ਆਪ ਹੱਲ ਕਰਨੇ ਹਨ, ਤਾਂ ਆਓ ਹੁਣ ਘਰ ਦਾ ਕੰਮ ਦੇਖਦੇ ਹਾਂ। ਪਿਆਰੇ ਵਿਦਿਆਰਥੀਓ, ਘਰ ਦੇ ਕੰਮ ਵਿੱਚ ਇੱਕ ਪ੍ਰਸ਼ਨ ਦਿੱਤਾ ਗਿਆ ਹੈ, ਇਸ ਬਰਤਨ ਵਿੱਚ ਪਾਣੀ ਦੀ ਮਾਤਰਾ ਵੱਧ ਹੋਵੇਗੀ। ਪਹਿਲਾ ਉੱਤਰ ਹੈ ਕੱਪ, ਦੂਜਾ ਉੱਤਰ ਹੈ ਗਲਾਸ, ਤੀਜਾ ਉੱਤਰ ਹੈ ਚਮਚ ਅਤੇ ਚੌਥਾ ਉੱਤਰ ਹੈ ਬਾਲਟੀ। ਇਸ ਵਿੱਚੋਂ ਜਿਹੜਾ ਵੀ ਸਹੀ ਦਾ ਨਿਸ਼ਾਨ ਹੋਏਗਾ, ਤੁਸੀਂ ਉਸ ਉੱਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ। ਧੰਨਵਾਦ।